ਪਿੰਡ ਮੁਹਾਰਸੋਨਾ ਦੇ ਰਹਿਣ ਵਾਲੇ ਵਸਨੀਕ ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਇਹ ਫਾਜ਼ਿਲਕਾ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਖੜ੍ਹੇ ਹਨ। ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਇਹਨਾਂ ਦੀ ਬੇਟੀ ਜਲਾਲਾਬਾਦ ਤਹਿਸੀਲ ਦੇ ਪਿੰਡ ਚੱਕ ਭਾਂਬੜਾ ਵਿਖੇ ਵਿਆਹੀ ਗਈ ਸੀ, ਜਿਸ ਵੱਲੋਂ ਬੀਤੀ ਰਾਤ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕਿਸੇ ਹੋਰ ਪਰਿਵਾਰ ਨੂੰ ਅਤੇ ਕਿਸੇ ਹੋਰ ਪਰਿਵਾਰ ਵੱਲੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਇਹਨਾਂ ਦੀ ਬੇਟੀ ਜਿਸ ਘਰ ਵਿਆਹੀ ਗਈ ਸੀ ਉੱਥੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਜਦ ਉਹ ਪਿੰਡ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਕਿ ਗੁਆਂਢੀਆਂ ਵੱਲੋਂ ਉਹਨਾਂ ਦੇ ਪਿੰਡ ਕਿਸੇ ਹੋਰ ਪਿੰਡ ਦੇ ਵਿੱਚ ਸੂਚਨਾ ਦਿੱਤੀ ਗਈ ਸੀ ਅਤੇ ਕਿਸੇ ਹੋਰ ਪਿੰਡ 'ਚੋਂ ਉਹਨਾਂ ਦੇ ਘਰ ਇਹ ਸੁਣਿਆ ਲੱਗਿਆ ਵੀ ਉਹਨਾਂ ਦੇ ਪਰਿਵਾਰ ਦੀ ਬੇਟੀ ਜੋ ਕਿ ਚੱਕ ਭਾਂਬੜਾ ਪਿੰਡ ਵਿੱਚ ਵਿਆਹੀ ਗਈ ਸੀ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਅਤੇ ਪਿੰਡ ਵਾਸੀ ਇਸ ਮਸਲੇ ਨੂੰ ਦਬਾਉਣਾ ਚਾਹੁੰਦੇ ਸੀ, ਪਰ ਉਹਨਾਂ ਨੂੰ ਸ਼ੱਕ ਹੈ ਵੀ ਉਹਨਾਂ ਦੀ ਬੇਟੀ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਉਸਨੇ ਆਪਦੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਅੱਜ ਜੀਵਨ ਲੀਲਾ ਸਮਾਪਤ ਕਰ ਰਹੀ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਇੱਥੇ ਬੋਲਦੇ ਉਸਦੇ ਰਿਸ਼ਤੇਦਾਰਾਂ ਨੇ ਕੀ ਕੁਝ ਕਿਹਾ, ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ। ਜਿਸ ਲੜਕੀ ਦੀ ਡੈਥ ਹੋਈ ਹੈ ਉਹਦਾ ਕੀ ਨਾਮ ਹੈ? ਤੋਸ਼ਾ ਬਾਈ। ਤੋਸ਼ਾ ਬਾਈ, ਕਿੱਥੇ ਮੈਰਿਡ ਸੀਗੇ, ਕਿੱਥੇ ਵਿਆਹ ਹੋਇਆ ਸੀਗਾ? ਬਾਬੜੇ, ਚੱਕ ਬਾਬੜੇ। ਹਾਂਜੀ। ਤੇ ਕਦੋਂ ਪਤਾ ਲੱਗਾ ਵੀ ਉਹਦੀ ਮੌਤ ਹੋ ਗਈ ਹੈ? ਰਾਤੀ ਅਸੀਂ ਤਾਂ ਕਰੇ ਸੀ, ਸਾਨੂੰ ਪਤਾ ਲੱਗਿਆ ਵੀ ਫੋਨ ਆਇਆ ਸਾਨੂੰ ਕੁਛ ਨੀ, ਉੱਥੇ ਉਹ ਪਿੰਡ ਵਾਲੇ ਜ਼ੋਰ ਲਾਉਂਦੇ ਸੀ ਵੀ ਕੁੜੀ ਫਾਇਆ ਲੈ ਤੇ ਮਰ ਗਈ, ਪਰ ਸਾਡੇ ਤੁਸੀਂ ਪਹੁੰਚ ਕੇ ਪੁਲਿਸ ਬੁਲਾਈਏ ਕਿ ਬਾਅਦ ਚ ਆਈਏ? ਮਤਲਬ ਪਹਿਲੇ ਆ ਚੁੱਕੀ ਸੀ? ਪੁਲਿਸ ਦਾ ਸੀ ਬੁਲਾਈ ਆ, ਤੁਸੀਂ ਬੁਲਾਈਏ ਤੇ ਪਿੰਡ ਵਾਲੇ ਜ਼ੋਰ ਲਾ ਰਹੇ ਸੀਗੇ ਤੇ ਪਰਿਵਾਰ ਵਾਲੇ ਜ਼ੋਰ ਲਗਾ ਰਹੇ ਸੀਗੇ ਵੀ ਸੁਸਾਈਡ ਕੀਤੀ ਹੈ, ਫਾਇਲ ਹੈ। ਪਿੰਡ ਵਾਲੇ ਤਾਂ ਇਹ ਨਹੀਂ ਕਹਿੰਦੇ ਸੀ ਵੀ ਫਾਇਲ ਆਪੇ ਲੈ ਗਈ, ਪਹਿਲੇ ਕੋਈ ਲੜਾਈ ਝਗੜੀ ਦੀ ਗੱਲਬਾਤ ਸਾਹਮਣੇ ਆਈ ਸੀ? ਲੜਾਈ ਬੁਲਾਰਾ ਸਾਨੂੰ ਕੁਛ ਲੱਗਦਾ ਵੀ ਦੋ ਲੜਦੇ ਸੀ, ਇੱਕੋ ਲੜਦੇ ਹੋਰ ਲੜਦਾ ਸੀ ਤੇ ਮੁੰਡਾ ਵੀ ਲੜਦਾ ਸੀ। ਕਿੰਨਾ ਸਮਾਂ ਹੋ ਗਿਆ ਵਿਆਹ ਨੂੰ? ਇੱਕ ਸਾਲ ਤੇ 7 ਮਹੀਨੇ ਹੋ ਗਏ। ਕੀ ਮੰਗ ਕਰਦੇ ਹੋ? ਕੁੱਟ ਮਾਰ ਖਰ ਨਸ਼ਾ ਨੂੰ ਜਾਂ ਕਰਦੇ ਸੀ, ਸਾਨੂੰ ਤਾਂ ਪਤਾ ਨਹੀਂ ਸੀ। ਹੁਣ ਤੁਸੀਂ ਕੀ ਮੰਗ ਕਰਦੇ? ਅਜਿਹਾ ਨੇ ਇਨਸਾਫ ਹੋਣਾ ਚਾਹੀਦਾ ਜੀ। ABN ਨਿਊਜ਼ ਚੈਨਲ ਦੇਖਣੇ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।